ਮੰਤਰੀਆਂ ਨੂੰ ਗੱਡੀ ਵਿੱਚ ਬੈਠਣ ਤੋਂ ਕੀਤਾ ਨਾ। ਕੈਪਟਨ ਅਮਰਿੰਦਰ ਸਿੰਘ ਦੀ ਸਿਕਿਉਰਿਟੀ ਨੇ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਰਾਜਾ ਵੜਿੰਗ ਨੂੰ ਗੱਡੀ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ। ਦੋਹਾਂ ਅਧਿਕਾਰੀਆਂ ਦੀ ਸੁਰੱਖਿਆ ਅਧਿਕਾਰੀ ਨਾਲ ਚੰਗੀ ਬਹਿਸ ਵੀ ਹੋਈ, ਪਰ ਅਧਿਕਾਰੀ ਨੇ ਰਾਜਾ ਤੇ ਰਾਣਾ ਨੂੰ ਗੱਡੀ ਵਿੱਚ ਬੈਠਣ ਨਾ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਸਾਰੀ ਘਟਨਾ ਮੁਕਤਸਰ ਦੇ ਮੋਹਲਾਂ ਦੀ ਹੈ। ਲੰਬੀ ਬਹਿਸ ਤੋਂ ਬਾਅਦ ਵੀ ਦੋਹਾਂ ਮੰਤਰੀਆਂ ਨੂੰ ਖਾਲੀ ਹੱਥੀ ਮੁੜਨਾ ਪਿਆ। ਤੁਸੀਂ ਵੀ ਦੇਖੋ ਇਹ ਵੀਡੀਓ। ਠੀਕ ਹੈ, ਆਪਕੀ ਬਾਤ ਹਮ ਤੋ ਜਾਏਂਗੇ, ਬਟ ਦਿਸ ਇਜ਼ ਵੈਰੀ ਬੈਡ ਟੂ ਬੀ ਰਾਂਗ। ਬਸ ਤੱਕ ਆ ਜਾਓ, ਬਸ ਤੱਕ ਆਓ, ਬਸ ਨੂੰ ਬੈਠ ਜਾਣਾ। ਪਰ ਇਹ ਸਰਕਾਰੀ ਗਾੜੀ ਹੈ, ਆਪਣੀ ਵਾਲੀ, ਆਪਣੀ ਗਾੜੀ ਲਗਾ ਦੋ, ਆਪਣੀ ਗਾੜੀ ਲਗਾਓ ਨਾ। ਆਪ ਜਰਾ ਬੋਲੋਗੇ, ਮੈਂ ਬਤਾ ਰਹਾ ਹੂੰ। ਬੋਲੋ ਕਿ ਇਨਕੀ ਗਾੜੀ ਸੋਡੀ ਸਾਹਿਬ ਕੀ ਗਾੜੀ ਹੈ। ਹਾਂ, ਗੱਡੀ ਚਾਰ ਨੂੰ ਬੋਲ।